ਜਦੋਂ ਪ੍ਰਭੂ ਨੇ ਜਗ੍ਹਾ ਤੇ ਪ੍ਰੋਫੈਸੀ ਕੀਤੀ ਜੀ ਕਿ ਦੋਨੇ ਹਸਬੈਂਡ ਔਰ ਵਾਈਫ ਆ ਇਹ ਭੈਣ ਆ ਇਹਨਾਂ ਦਾ ਜੀਵਨ ਸਾਥੀ ਕਿੱਥੇ ਕਿਹੜੀ ਜਗ੍ਹਾ ਤੇ ਨੇ ਤੁਸੀਂ ਵੇਖ ਕੇ ਆ ਜਾਓ ਆਜੋ ਆਜੋ ਬੱਚੇ ਨੂੰ ਦੁਮਟ ਪਕੜ ਕੇ ਰੱਖੋ ਭੈਣ ਬਿੰਦੂ ਕਰ ਬਿੰਦੂ ਇਹਦੇ ਨਾਲ ਦੋਈ ਪਿੱਛੇ ਕਰ ਜਾ ਮਾੜਾ ਜਿਹਾ ਬੱਚੇ ਨੂੰ ਥੋੜ੍ਹਾ ਪਿੱਛੇ ਲੈ ਜਾ ਕਿਉਂਕਿ ਕੈਮਰੇ ਦੇ ਵਿੱਚ ਆਉਂਦੇ ਫਿਰ ਗਲਤ ਲੱਗਦਾ ਕਿਉਂਕਿ ਸਾਰੇ ਲੋਕ ਵੀਡੀਓ ਵੇਖਦੇ ਆ ਹਾਲੇਲੂਯਾ ਇਹ ਪਰਿਵਾਰ ਆਪਣਾ ਨਾਮ ਆਪਣਾ ਐਡਰੈਸ ਦੱਸੋ ਜੱਸੂ ਜੀ ਦਾ ਲਹੂ ਲਗਾਇਆ ਉਹਨਾਂ ਦੇ ਮੱਥੇ ਨੂੰ ਤੇ ਪਾਸਟਰ ਜੀ ਕੋ ਦਵਾ ਬੰਦਗੀ ਕਰਾਈ ਤੇ ਉਸ ਤੋਂ ਬਾਅਦ ਬੱਚਾ ਮੇਰਾ ਬਿਲਕੁਲ ਐਕਟਿਵ ਆ ਠੀਕ ਆ ਹੁਣ ਉਹਨੂੰ ਕੋਈ ਫੀਵਰ ਨਹੀਂ ਹੈਗਾ ਠੀਕ ਹੈ ਇੱਕ ਵਾਰ ਜ਼ੋਰ ਮੈਨੂੰ ਪ੍ਰਭੂ ਜੀ ਦੱਸ ਰਹੀ ਕਿ ਜਦੋਂ ਤੁਸੀਂ ਬਾਥਰੂਮ ਕਰਦੇ ਤੁਹਾਡੇ ਬਾਥਰੂਮ 'ਚ ਚੀਰ ਪੈਂਦੇ ਨੇ ਕਿਹਨਾਂ ਦੇ ਪੈਂਦੇ ਤੁਹਾਡੇ ਕਿਹਨਾਂ ਦੇ ਕਿਹਨਾਂ ਲੋਕਾਂ ਨੇ ਸੁਣਿਆ ਸੀ ਕਿ ਬਾਥਰੂਮ ਦੇ ਚੀਰ ਜਾ ਰਹੇ ਨੇ ਸਾੜ ਪੈਂਦਾ ਪੇਟ 'ਚ ਪੇਟ 'ਚ ਸਾੜ ਵੀ ਪੈਂਦਾ ਸੀ ਪਲ ਉਬਲਦੀਆਂ ਚੀਜ਼ਾਂ ਨਿਕਲ ਰਿਹਾ ਸਭ ਕੁਛ ਬਾਹਰ ਔਰ ਤੁਸੀਂ ਬਿਲਕੁਲ ਠੀਕ ਹੋ ਰਹੇ ਪ੍ਰਭੂ ਨੇ ਕੀ ਬੋਲਿਆ ਜੀ ਕਿ ਇਸ ਜਗ੍ਹਾ 'ਤੇ ਤੁਸੀਂ ਫ੍ਰੀ ਹੋ ਰਹੇ ਜੀ ਤੁਹਾਡੀ ਪ੍ਰੋਬਲਮ ਜਾ ਰਹੀ ਆ ਪ੍ਰੋਬਲਮ ਗ੍ਰੇਟ ਜਿਹੜੀ ਜਾ ਚੁੱਕੀ ਆ ਔਰ ਲਗਾਤਾਰ ਪ੍ਰਭੂ ਦੇ ਵਚਨ ਨਾਲ ਬਣੇ ਰਹਿਣਾ ਸਿਰ ਭਾਰਾ ਰਹਿੰਦਾ ਸੀ ਕੰਨਾਂ 'ਚ ਆਵਾਜ਼ ਪੈਂਦੀ ਸੀ ਥੋੜ੍ਹਾ ਜਿਹਾ ਮੈਂ ਕਿ ਇਹਨਾਂ ਨੂੰ ਫੜਾਓ ਇਹ ਦੱਸਣਗੇ ਆਪਣੇ ਬਾਰੇ ਇਹ ਗੱਲਾਂ ਹੈਗੀਆਂ ਕਿ ਨਹੀਂ ਤੁਸੀਂ ਇਹਨਾਂ ਨੂੰ ਦੱਸੋ ਇਹ ਗੱਲਾਂ ਹੈ ਝੂਠ ਕੇ ਸੱਚ ਹੈ ਜੇ ਝੂਠ ਹੈ ਤਾਂ ਤੂੰ ਵੀ ਦੱਸੋ ਸੱਚ ਹੈ ਤਾਂ ਵੀ ਦੱਸੋ ਪਹਿਲੇ ਆਪਣਾ ਨਾਮ ਦੱਸਣਾ ਹਾਂਜੀ ਕਿਰਪਾ ਨਾ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਤੁਹਾਡੇ ਇਹ ਕਹਿ ਰਹੇ ਆ ਬ੍ਰਦਰ ਇੱਕੋ ਮੀਟਿੰਗ ਦੇਖੀ ਆ ਕਹਿੰਦੇ ਕਿ ਮੈਂ 5 ਸਾਲ ਤੋਂ ਬਿਮਾਰ ਹਾਂ ਇੱਕ ਮੀਟਿੰਗ ਦੇ ਵਿੱਚ ਬਿਲਕੁਲ ਆਜ਼ਾਦ ਖੁਦਾ ਨੇ ਕੀਤਾ ਕੀ ਹੁੰਦਾ ਸੀ ਤੁਹਾਨੂੰ ਥੋੜੇ ਕਿਹਾ ਜੀ ਸਿਰ ਭਾਰਾ ਰਹਿੰਦਾ ਸੀ ਸਮਝ ਨਹੀਂ ਲੱਗਦੀ ਸੀ ਮੈਨੂੰ ਸਿਰ ਭਾਰਾ ਰਹਿੰਦਾ ਤੇ ਸਮਝ ਕਹਿੰਦੇ ਕੁਛ ਵੀ ਕਹੀ ਕੀ ਕੀਤਾ ਫਿਰ ਤੁਸੀਂ ਬਾਅਦ ਵਿੱਚ ਉਸ ਤੋਂ ਬਾਅਦ ਕੀ ਹੋਇਆ ਸਿਆਣੇ ਕੋ ਗਏ ਤੁਸੀਂ ਪਹਿਲੇ ਕੀ 5 ਸਾਲ ਜਾਂਦਾ ਰਿਹਾ ਹਰ ਸਿਆਣੇ 5 ਸਾਲ ਕਹਿੰਦਾ ਮੈਂ ਹਰ ਸਿਆਣੇ ਦੇ ਕੋਲ ਗਿਆ ਵਾਂ ਹਾਂਜੀ ਕੋਈ ਜਗ੍ਹਾ ਨਹੀਂ ਛੱਡੀ ਇਹੋ ਜਿਹੀ ਤੇ ਮੈਂ ਨਹੀਂ ਗਿਆ ਅੱਛਾ ਜੀ ਕੋਈ ਫਰਕ ਨਹੀਂ ਪਿਆ ਕਿੰਨੇ ਲੋਕਾਂ ਨੂੰ ਸਮਝ ਲੱਗ ਰਹੀ ਆ ਇਹ ਕਹਿ ਰਹੇ ਕਿ ਮੈਂ ਕੋਈ ਜਗ੍ਹਾ ਨਹੀਂ ਛੱਡੀ ਹਰ ਇੱਕ ਸਿਆਣੇ ਕੋ ਗਿਆ ਤੇ ਮੈਨੂੰ ਕਿਤੇ ਵੀ ਫਰਕ ਕੀ ਹੁੰਦਾ ਸੀ ਤੁਹਾਨੂੰ ਬ੍ਰਦਰ ਬਸ ਸਿਰ ਤੇ ਵਜਣਾ ਭਾਰ ਨਾ ਡਰ ਲੱਗਣਾ ਸਮਝ ਨਹੀਂ ਲੱਗਦੀ ਕੀ ਕਰਨਾ ਹੁਣ ਕਿਵੇਂ ਲੱਗ ਰਿਹਾ ਜਿੱਦ ਦੀ ਕਾਫੀ ਸਹੀ ਆ ਕਾਫੀ ਫਰਕ ਆ ਮੈਨੂੰ ਹੁਣ ਚਿੜੀ ਦੀ ਆਵਾਜ਼ ਸੁਣਾਈ ਦਿੰਦੀ ਹਾਂਜੀ ਹੁਣ ਟਾਈਮ ਕਿੰਨਾ ਦੇਖੋ ਬੜਾ ਹੁਣ ਇਸ ਟਾਈਮ ਕਿੰਨਾ ਥੋੜੇ ਪੌਣੇ ਤਿੰਨ ਸਭ ਤਾਰੀਫ ਕਰੋ ਇਹ ਬ੍ਰਦਰ ਕਹਿੰਦਾ ਜਿਸ ਦਿਨ ਫਸਟ ਦਿਨ ਮੀਟਿੰਗ ਤੇ ਖੜੇ ਰਹੋ ਜਿਸ ਦਿਨ ਪਹਿਲੇ ਦਿਨ ਸੰਡੇ ਦੇ ਵਿੱਚ ਆਇਆ ਤੇ ਕਹਿੰਦਾ ਮੈਨੂੰ ਪਾਸਟਰ ਜੀ ਗੁੱਸਾ ਚੜਦਾ ਮੈਂ ਤੁਹਾਡੇ ਕੋਲੋਂ ਫੜ ਲਾ ਮੈਂ ਹਵਾਜਾ ਫੜ ਲਾ ਭਰਾ ਕਹਿੰਦਾ ਨਹੀਂ ਮੈਨੂੰ ਪਤਾ ਲੱਗਦਾ ਕਿ ਤੁਸੀਂ ਪ੍ਰਭੂ ਦੇ ਦਾਸ ਜੀ ਉਹ ਕਿਹੜੀ ਚੀਜ਼ ਕਹਿੰਦੀ ਸੀ ਜਿਹੜੀ ਸ਼ੈਤਾਨ ਦੀ ਸ਼ਕਤੀ ਲੰਬੇ ਸਮੇਂ ਤੋਂ ਇਹਨਾਂ ਦੇ ਜੀਵਨ 'ਚ ਵਾਸ ਕੀ ਇਹਨਾਂ ਮੇਰੇ ਨਾਲ ਕੀ ਗੱਲ ਕੀਤੀ ਕਿ ਮੇਰਾ ਮਨ ਕਰਦਾ ਮੇਰੇ ਘਰ ਦੇ ਹੁਣੇ ਮਰ ਜਾਣ ਮੇਰੇ ਬੱਚੇ ਮਰ ਜਾਣ ਮੈਨੂੰ ਇਹਨਾਂ ਨਾਲ ਕੋਈ ਵੀ ਮਤਬਲ ਉਸ ਜਗ੍ਹਾ ਦੇ ਬ੍ਰਦਰ ਰੋਬਨ ਸਾਡੇ ਗਾਉਂਦੇ ਨੇ ਟੀਮ ਦੇ ਵਿੱਚ ਕੁਆਇਰ 'ਚ ਅੱਜ ਨਹੀਂ ਆਏ ਉਹਨਾਂ ਨੇ ਇਹਨਾਂ ਨੂੰ ਗਵਾਹੀ ਦਿੱਤੀ ਹੈ ਦੋਨੇ ਤੁਸੀਂ ਦੋਨੇ ਇੱਕ ਤਾਂ ਜੋਬ ਕਰਦੇ ਕੀ ਜੋਬ ਕਰਦੇ ਸੀ ਇਹ ਦੋਨੋਂ ਗਨ ਮੈਨ ਆ ਹੋਰ ਥੋੜ੍ਹੀ ਆਪਣੀ ਟੈਸਟੀਮਨੀ ਦੱਸੋ ਕਿ ਜਦ ਤੁਸੀਂ ਕਿੰਨੀ ਪੈਨਸ਼ਨ ਲੈਂਦੇ ਪਰ ਘਰ ਦਾ ਕੀ ਹਾਲਤ ਸੀ ਤੁਹਾਡੀ ਗਵਾਹੀ ਨੇ ਲੱਖ ਲੋਕਾਂ ਨੂੰ ਹਿਲਾ ਦੇਣਾ ਅੱਗੇ ਹੋ ਤੁਸੀਂ ਥੋੜ੍ਹੇ ਇੱਧਰ ਹੋ ਜਾਓ ਨਹੀਂ ਤੁਸੀਂ ਇੱਧਰ ਹੋ ਤੁਸੀਂ ਸਿਸਟਰ ਨਾਲ ਖੜੇ ਹੋਵੋ ਹਾਂ ਮੇਰੇ ਪਾਪਾ ਵੱਲੋਂ ਫੌਜ ਥੋੜ੍ਹੀ ਬੋਲੀ ਵਧਾਓ ਜੀ ਇੱਧਰ ਗਿਆ ਉਹ ਮੁੰਡਾ ਮੈਕ ਦੀ ਬੋਲੀ ਮੇਰੇ ਪਾਪਾ ਵੱਲੋਂ ਫੌਜ 'ਚ ਉਹ ਰਿਟਾਇਰਮੈਂਟ ਹੋਏ ਫਿਰ ਪੰਜਾਬ 'ਚ ਥਾਣੇਦਾਰ ਰਿਟਾਇਰਮੈਂਟ ਹੋਏ ਸਾਡੇ ਘਰ ਦਾ ਕੋਈ ਬਰਕਤ ਨਹੀਂ ਪੈਸੇ ਆਉਣੇ ਉਜਾੜਾ ਰਹਿਣਾ ਪਤਾ ਨਹੀਂ ਲੱਗਣਾ ਇਹ ਕੀ ਕਰਦਾ ਕੀ ਸੁਣਦੇ ਸਭ ਨੂੰ ਆਵਾਜ਼ ਸੁਣਦੀ ਆ ਥੋੜਾ ਬੋਲੀ ਹੋਰ ਵਧਾ ਦਿਓ ਬ੍ਰਦਰ ਥੋੜਾ ਹੋਰ ਵਧਾਓ ਹਾਂਜੀ ਤੇ ਸਾਡਾ ਗੱਡੀ ਵਗੈਰਾ ਸਭ ਕੁਝ ਠੀਕ ਹੈ ਬਹੁਤ ਜ਼ਿਆਦਾ ਥੱਲੇ ਲੱਗ ਚੁੱਕੇ ਹੈ ਇਹ ਬ੍ਰਦਰ ਕਹਿਣ ਕਿ ਮੇਰੇ ਡੈਡੀ ਪਹਿਲਾਂ ਪੁਲਿਸ ਦੀ ਨੌਕਰੀ ਕਰਦੇ ਸੀ ਉਸ ਤੋਂ ਬਾਅਦ ਪਹਿਲਾਂ ਫੌਜ 'ਚ ਫਿਰ ਪਹਿਲੇ ਫੌਜ ਵਿੱਚ ਫਿਰ ਪੁਲਿਸ ਦੀ ਨੌਕਰੀ ਪਰ ਇਸ ਟਾਈਮ ਕੀ ਇਸ ਟਾਈਮ ਗਨਮੈਨ ਦੀ ਪ੍ਰਭੂ ਤੇ ਭਰੋਸਾ ਵਾ ਵੀ ਮੇਰੇ ਬੱਚੇ ਨੂੰ ਰਾਜੀ ਕਰਤਾ ਠੀਕ ਕਰਤਾ ਮੈਨੂੰ ਬਹੁਤ ਜ਼ਿਆਦਾ ਭਰੋਸਾ ਪ੍ਰਭੂ ਤੇ ਠੀਕ ਹੈ ਮੇਰੇ ਆਦਮੀ ਨੂੰ ਵੀ ਠੀਕ ਕਰੇਗਾ ਪ੍ਰਭੂ ਹੀ ਕਰੇਗਾ ਇਹ ਦੱਸ ਰਹੇ ਜਿਹਦੇ ਨੇ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਆ ਪ੍ਰਭੂ ਦੇ ਆਤਮਾ ਨੇ ਮੈਨੂੰ ਦੱਸਿਆ ਦੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਸ਼ੈਤਾਨ ਇਹਦੇ ਨਾਲ ਗੱਲਾਂ ਕਰਦਾ ਕੀ ਆਵਾਜ਼ ਆ ਰਹੀ ਇਸ ਜਗ੍ਹਾ 'ਤੇ ਇੱਕ ਬ੍ਰਦਰ ਆ ਉਹਦੇ ਮਨ 'ਚ ਚੱਲਦਾ ਤੂੰ ਮਰ ਜਾ ਤੁਹਾਨੂੰ ਇਹ ਤਾਂ ਹੁੰਦਾ ਕਿ ਨਹੀਂ ਹੁੰਦਾ ਦੱਸੋ ਇਹਨਾਂ ਨੂੰ ਦੱਸੋ ਹਾਂਜੀ ਸਹੀ ਗੱਲ ਹੁੰਦਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂ ਗੋਲੀ ਮਾਰ ਲਾਂ ਮਰ ਜਾਂ ਹਾਂ ਫਾਂਸੀ ਦਿੱਤਾ ਗੱਡੀ ਤੇ ਟ੍ਰੇਨ ਥੱਲੇ ਆ ਜਾਂ ਹਾਂ ਮੈਨੂੰ ਇਸ ਤਰ੍ਹਾਂ ਹੁੰਦਾ ਤੇ ਜਿਸ ਦਿਨ ਤੁਹਾਡੇ ਤੇ ਪ੍ਰੇਅਰ ਕੀਤੀ ਸੰਡੇ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਲੱਗਾ
ਬਸ ਠੀਕ ਆ ਨੀਂਦ ਵੀ ਠੀਕ ਆਉਂਦੀ ਹੁੰਦੀ ਉਸ ਖਾਬ ਹੁੰਦੇ ਖਤਮ ਹੋ ਗਿਆ ਇੱਕ ਮੀਟਿੰਗ ਦੇ ਵਿੱਚ ਨੀਂਦ ਵੀ ਆਉਣੀ ਸ਼ੁਰੂ ਹੋ ਗਈ ਜਿਹੜਾ ਕਹਿੰਦੇ ਕਿ ਮੈਂ ਕਦੀ ਸੌਂ ਕੇ ਨਹੀਂ ਵੇਖਿਆ ਅੱਖਾਂ ਭਾਰੀਆਂ ਰਹਿੰਦੀ ਕਿੰਨੇ ਚਿਰ ਤੋਂ ਤੁਸੀਂ ਨਹੀਂ ਸੁੱਤੇ ਕਿੰਨੇ ਚਿਰ ਤੋਂ ਕਾਫੀ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਆਪਣੀ ਖੁਸ਼ੀ ਨਹੀਂ ਸੁੱਤਾ ਹੁਣ ਕਿਵੇਂ ਲੱਗ ਰਿਹਾ ਹੁਣ ਪ੍ਰਭੂ ਜਾਪਦਾ ਨਾ ਹੈਗਾ ਕੋਈ ਸਿਆਣਾ ਸਾਨੂੰ ਠੀਕ ਨਹੀਂ ਕਰ ਸਕਦਾ ਭੈਣ ਭਾਈ ਉਹ ਜਿੰਨੇ ਵੀ ਵਿੱਚ ਹੈਗੇ ਹੋ ਅੱਜ ਗੈਰ ਜਾਤੀ ਨਾਲ ਥੋੜਾ ਥੋੜੀ ਵੋਲਿਊਮ ਘਟਾ ਅੱਜ ਗੈਰ ਜਾਤੀ ਦੇ ਨਾਲ ਵਾਅਦਾ ਕਿਉਂ ਪ੍ਰਭੂ ਕਰਦਾ ਵਾ ਕਿਉਂਕਿ ਗੈਰ ਜਾਤੀ ਬੀਜ ਦੀ ਕੀਮਤ ਨੂੰ ਕੀ ਕਰਦਾ ਇਹਨਾਂ ਮੰਨ ਲਿਆ ਪਹਿਲੇ ਦਿਨ ਆਏ ਸਮਝਾਇਆ ਮੰਨਿਆ ਇਸ ਸਿਸਟਰ ਨੇ ਕਿਹਾ ਕਿ ਹਾਂ ਬ੍ਰਦਰ ਅੱਜ ਤੋਂ ਬਾਅਦ ਅਸੀਂ ਪ੍ਰਭੂ ਨੂੰ ਹੀ ਕਬੂਲ ਕਰਾਂਗੇ ਕਿਤੇ ਨਹੀਂ ਜਾਵਾਂਗੇ ਇਹਨੂੰ ਮੈਂ ਦੱਸਿਆ ਵਚਨ ਜੋ ਮੈਂ ਭੈਣ ਜੀ ਇਹ ਵਚਨ ਇਹਨੂੰ ਫੋਲੋ ਕਰੋਗੇ ਇਹ ਅੱਜ ਤੋਂ ਹੀ ਚੰਗੇ ਆ ਉਸ ਦਿਨ ਤੋਂ ਨੀਂਦ ਆਉਣੀ ਵੀ ਸ਼ੁਰੂ ਹੋ ਗਈ ਆ ਔਰ ਜਿਹੜੇ ਮਰਨ ਦੇ ਖਿਆਲ ਵੀ ਜਾ ਚੁੱਕੇ ਆ ਸੁਪਨੇ ਬੁਰੇ ਵੀ ਬੰਦ ਹੋ ਚੁੱਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਇਹਨਾਂ ਦੇ ਜੀਵਨ 'ਚ ਐਂਟਰ ਹੀ ਮੈਂ ਤੁਹਾਨੂੰ ਪਹਿਲੇ ਕਰਕੇ ਮੈਂ ਖੜੇ ਕਰਾਵਾਂ ਕਿ ਮੈਂ ਗਵਾਹੀ ਕਰਾਵਾਂਗਾ ਤੁਸੀਂ ਆਪ ਦੇਖੋਗੇ ਕਿ ਪ੍ਰਭੂ ਕਿਹੜੇ ਕੰਮ ਕਰ ਸਕਦਾ ਜਿਹੜੇ ਬਹੁਤ ਪੈਸਾ ਉਜਾੜਿਆ ਬਹੁਤ ਜ਼ਿਆਦਾ ਉਜਾੜਿਆ ਇਸੇ ਕਰਕੇ ਇਹਨਾਂ ਕਰਕੇ ਖਾਤਰ ਹੀ ਵੀ ਇਹ ਠੀਕ ਹੋ ਜਾਣ ਜਦੋਂ ਇਹ ਠੀਕ ਹੁੰਦੇ ਸੀ ਤੇ ਮੇਰਾ ਬੱਚਾ ਬਿਮਾਰ ਹੋ ਜਾਂਦਾ ਸੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਸਿਰਫ ਉਲਟੀਆਂ ਸੀ ਆਉਂਦੀਆਂ ਤਾਂ ਉਹਨਾਂ ਨੇ ਐਡਮਿਟ ਕਰ ਲਿਆ ਉਸ ਤੋਂ ਬਾਅਦ ਇੱਕਦਮ 5 ਫੀਵਰ ਹੋ ਗਿਆ 105 ਫੀਵਰ ਸਿਰ ਨੂੰ ਹੀ ਫਿਰ ਬਾਅਦ ਵਿੱਚ ਅਸੀਂ 50-60 ਹਜ਼ਾਰ ਰੁਪਇਆ ਲਾ ਕੇ ਘਰ ਲਿਆਂਦਾ ਤਾਂ ਫਿਰ ਰਾਤ ਨੂੰ ਉਹੀ ਹਾਲ ਫਿਰ ਮਤਲਬ ਵੀ ਕੰਪਨੀਆਂ ਛਿੜਨ ਡੈ ਪਈਆਂ ਸਿਰ ਐਵੇਂ ਐਵੇਂ ਹਿਲਾਉਣ ਡੈ ਪਿਆ ਫਿਰ ਮੈਂ ਡਰ ਗਈ ਫਿਰ ਇਹਨਾਂ ਨੂੰ ਕਿਹਾ ਇਹਨਾਂ ਨੇ ਫੋਨ ਕੀਤਾ ਫਿਰ ਇਹਨਾਂ ਦੇ ਨਾਲ ਜਿਹੜਾ ਗਨਮੈਨ ਸੀ ਰੋਬਿਨ ਉਹਨਾਂ ਨੇ ਅਜੂਬ ਪੜਿਆ ਫੋਨ 'ਚ ਇਹਨਾਂ ਕੋ ਸੰਤ ਜੀ ਕੋ ਦਵਾ ਕਰਾਈ ਤੇ ਮੇਰਾ ਬੱਚੇ ਦਾ ਸਿਰ ਦਾ ਜਿਹੜਾ ਬੁਖਾਰ ਹੌਲੀ ਹੌਲੀ ਤਲੀਆਂ ਤੱਕ ਆ ਗਿਆ ਤੋ ਚਲੋ ਇਹਨਾਂ ਦੀ ਬੜੀ ਕਿਰਪਾ ਰਹੀ ਆ ਵੀ ਠੀਕ ਹੋ ਗਿਆ ਮੇਰਾ ਬੱਚਾ ਮੈਨੂੰ ਬਹੁਤ ਖੁਸ਼ੀ ਆ ਠੀਕ ਆ ਤੁਸੀਂ ਹੁਣ ਜਾ ਸਕਦੇ ਆਪਣੀ ਜਗ੍ਹਾ ਤੇ ਚਰਚ ਨਾਲ ਬਣੇ ਰਹਿਣਾ ਵਾ ਕੋਈ ਪ੍ਰੋਬਲਮ ਤੁਹਾਡੇ ਘਰ 'ਚ ਐਂਟਰ ਨਹੀਂ ਹੋਏਗਾ ਅੱਜ ਕੀ ਆਵਾਜ਼ ਆਈ ਕਿ ਚੀਜ਼ਾਂ ਤੁਹਾਡੇ ਘਰ 'ਚ ਐਂਟਰ ਕੀ ਆ ਤੁਸੀਂ ਪ੍ਰੇਅਰ ਕਰੋਗੇ ਤੁਸੀਂ ਵੇਖੋਗੇ ਕਿ ਸਾਡੇ ਘਰ 'ਚ ਕਿਹੜੀ ਚੀਜ਼ ਵੜ ਚੁੱਕੀ ਪ੍ਰਭੂ ਦਾ ਆਤਮਾ ਤੁਹਾਨੂੰ ਉਸ ਵੇਲੇ ਗਾਈਡ ਕਰੇਗਾ ਠੀਕ ਹੈ ਜੀ ਤੁਸੀਂ ਬੈਠ ਸਕਦੇ ਸਭ ਦਿਲ ਤੋਂ